Tamarind Leaf Restaurant, Bar and Grill, Audrey Lester. Delicious contemporary authentic cuisine. Punjabi, Indo-Chinese and South Indian. We also specialize in outdoor catering. Tamarind Leaf Restaurant, Bar and Grill. Your one stop for Asian weddings, parties and corporate events. Tamarind Leaf Restaurant, Bar and Grill. 47 London Road, Audrey. Call Lester 0116 271 7109. ਗੁੱਡ ਈਵਨਿੰਗ ਦੋਸਤੋ, ਨਮਸਤੇ, ਸਲਾਮਾ ਅਲੈਕਮ ਅਤੇ ਬੜੀ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਗਦੀਪ ਆਪਣੇ ਸਿਤਾਰੇ ਪ੍ਰੋਗਰਾਮ ਲੈ ਕੇ ਥੋੜ੍ਹੀ ਸੇਵਾ ਵਿੱਚ ਹਾਜ਼ਰ ਹੈ। ਹਰ ਬੁੱਧਵਾਰ ਦੀ ਤਰ੍ਹਾਂ ਅਸੀਂ ਇੱਕ ਕਲਾਕਾਰ ਫਨਕਾਰ ਨਾਲ ਥੋੜ੍ਹੀ ਮੁਲਾਕਾਤ ਕਰਾਉਂਦੇ ਹਾਂ। ਹਮੇਸ਼ਾ ਹੀ ਇਸ ਪ੍ਰੋਗਰਾਮ ਦੇ ਵਿੱਚ ਵੀਨਸ ਟੈਲੀਵਿਜ਼ਨ ਮਹਿਫਿਲ ਲਗਾਉਂਦਾ, ਅੱਛੇ ਅੱਛੇ ਕਲਾਕਾਰਾਂ ਨੂੰ ਲੈ ਕੇ ਆਉਂਦਾ ਔਰ ਅੱਛੇ ਅੱਛੇ ਗੀਤ ਸੰਗੀਤ ਤੁਹਾਨੂੰ ਸੁਣਾਉਂਦੇ ਹਾਂ ਅਸੀਂ ਔਰ ਤੁਹਾਡਾ ਮਨੋਰੰਜਨ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। ਇਸ ਪ੍ਰੋਗਰਾਮ ਵਿੱਚ ਨਿੱਘਾ ਜਿਹਾ ਸਵਾਗਤ ਕਰਦੇ ਹਾਂ ਜੀ ਆਇਆਂ ਨੂੰ, ਜੀ ਸਦਕੇ, ਜੀ ਵਾਰੀ, ਜਿੱਥੇ ਵੀ ਪ੍ਰੋਗਰਾਮ ਦੇਖ ਰਹੇ ਹੋ, ਘਰ ਦੇ ਵਿੱਚ ਦੇਖ ਰਹੇ ਹੋ, ਆਪਣੇ ਡਰਾਇੰਗ ਰੂਮ 'ਚ ਦੇਖ ਰਹੇ ਹੋ ਜਾਂ ਕਿਤੇ ਬਈ ਰੈਸਟੋਰੈਂਟ 'ਚ ਦੇਖ ਰਹੇ ਹੋ, ਖਾ ਪੀ ਰਹੇ ਹੋ, ਕੋਈ ਪਰੌਂਠੇ ਸ਼ਰੌਂਠੇ ਖਾ ਰਹੇ ਹੋ, ਚਾਹ ਸ਼ਾਹ ਪੀ ਰਹੇ ਹੋ, ਤੁਹਾਡਾ ਫਿਰ ਵੀ ਅਸੀਂ ਸਵਾਗਤ ਕਰਾਂਗੇ। ਔਰ ਇੱਕ ਗੱਲ ਮੈਂ ਪਹਿਲਾਂ ਹੀ ਕਹਾਂਗੀ ਪ੍ਰੋਗਰਾਮ ਤੋਂ ਕਿ ਜਿਸ ਤਰ੍ਹਾਂ ਤੁਸੀਂ ਸਾਨੂੰ ਫੀਡਬੈਕ ਭੇਜ ਰਹੇ ਹੋ ਇਸ ਪ੍ਰੋਗਰਾਮ ਦੀ, ਆਪਣੇ ਸਿਤਾਰੇ ਪ੍ਰੋਗਰਾਮ ਦੀ, ਸਾਨੂੰ ਬਹੁਤ ਹੀ ਅੱਛਾ ਲੱਗਦਾ ਕਿ ਤੁਹਾਨੂੰ ਪ੍ਰੋਗਰਾਮ ਸਾਰੇ ਪਸੰਦ ਆ ਰਹੇ ਨੇ। ਔਰ ਕਈਆਂ ਨੇ ਸਾਨੂੰ ਕਿਹਾ ਕਿ ਜਗਦੀਪ ਜੀ, ਇੱਕ ਮੈਨੂੰ ਈਮੇਲ ਯਾਦ ਹੈ ਸਰਬਜੀਤ ਜੀ ਦੀ ਕਿ 8th September ਨੂੰ ਜਿਹੜੇ ਸਾਡੇ ਕੋਲ ਸਿਤਾਰੇ ਆਏ ਹੋਏ ਸੀ ਉਹਨਾਂ ਦਾ ਨਾਮ ਨਹੀਂ ਉਹਨਾਂ ਨੂੰ ਪਤਾ ਲੱਗਿਆ, ਭਰਪੂਰ ਸਿੰਘ ਜੀ, ਬਹੁਤ ਛੋਟਾ ਜਿਹਾ ਕਲਾਕਾਰ ਸੀ, ਨਵਾਂ ਕਲਾਕਾਰ ਸੀ, ਭਰਪੂਰ ਸਿੰਘ ਜੀ ਉਹਨਾਂ ਦਾ ਨਾਮ ਸੀਗਾ, ਲੇਕਿਨ ਤੁਹਾਡਾ ਸਭ ਦਾ ਅਸੀਂ ਦਿਲ ਦੀ ਗਹਿਰਾਈਆਂ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਕਿ ਤੁਸੀਂ ਇੰਨੇ ਸੋਹਣੇ ਪੈਗਾਮ ਲਿਖ ਕੇ ਪ੍ਰੋਗਰਾਮ ਦੇ ਬਾਰੇ ਦੱਸਦੇ ਹੋ। ਔਰ ਇਹ ਪ੍ਰੋਗਰਾਮ ਬੜੀ ਦੂਰ ਦੂਰ ਤੱਕ ਸਾਡੇ ਦਰਸ਼ਕ ਦੇਖਦੇ ਨੇ। ਫਿਰ ਇੱਕ ਵਾਰੀ ਸਵਾਗਤ ਕਰਦੇ ਹੋਏ ਸਾਡੇ ਕੋਲ ਜੋ ਅੱਜ ਕਲਾਕਾਰ ਆ ਰਹੇ ਨੇ, ਕਿਉਂ ਨਾ ਮੈਂ ਉਹਨਾਂ ਦੀ ਇੰਟਰੋਡਕਸ਼ਨ ਕਰਾਵਾਂ, ਪਹਿਲਾਂ ਤੁਸੀਂ ਉਹਨਾਂ ਦਾ ਇੱਕ ਗੀਤ ਦੇਖੋ, ਫਿਰ ਮੈਂ ਉਹਨਾਂ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੀ। ਸੋ ਵਾਚ ਆਊਟ ਦਿਸ ਸੌਂਗ। ਇਹ ਗਾਣਾ ਜਿਹੜਾ ਹੈਗਾ ਇਹਨਾਂ ਦਾ, ਇਸ ਐਕਚੁਲੀ ਕਲਾਕਾਰ ਬਾਰੇ ਮੈਂ ਤੁਹਾਨੂੰ ਕੁਝ ਦੱਸ ਹੀ ਦੇਵਾਂ ਕਿ ਇਹ ਕਲਾਕਾਰ ਦੀ ਵਾਪਸੀ ਹੋਈ ਹੈ ਮਿਊਜ਼ਿਕ ਇੰਡਸਟਰੀ ਦੇ ਵਿੱਚ। ਪਹਿਲਾਂ ਬਹੁਤ ਹੀ ਤੁਹਾਨੂੰ ਸੋਹਣਾ ਗੀਤ ਸੰਗੀਤ ਉਹਨਾਂ ਨੇ ਸੁਣਾਇਆ ਔਰ ਫਿਰ ਥੋੜ੍ਹੇ ਸਾਲਾਂ ਲਈ ਇਹ ਗਾਇਬ ਹੋ ਗਏ, ਲੇਕਿਨ ਫਿਰ ਕਮਬੈਕ ਕੀਤਾ। ਸੋ ਹੁਣ ਦੇਖੋ ਤੁਸੀਂ ਇਹ ਗੀਤ, ਫਿਰ ਮੈਂ ਤੁਹਾਡੀ ਅਗਲੀ ਗੱਲਬਾਤ ਕਰਾਂਗੀ ਤੁਹਾਡੇ ਨਾਲ। ਲਓ ਦੋਸਤੋ, ਤੁਸੀਂ ਦੇਖ ਰਹੇ ਸੀਗੇ ਠੁਮਕਾ ਸਾਡੇ ਮੈਸੇਪੁਰੀਆ ਦਾ ਗਾਇਆ ਹੋਇਆ। ਇਸ ਆਰਟਿਸਟ ਬਾਰੇ ਮੈਂ ਕੀ ਕੁਛ ਦੱਸਾਂ ਅਤੇ ਕੀ ਕੁਛ ਨਾ ਦੱਸਾਂ। ਇਹ ਆਰਟਿਸਟ ਐਸਾ ਇੱਥੇ ਦਾ ਬੋਰਨ ਬੱਚਾ ਜਿਸਨੇ ਪੰਜਾਬੀ ਬੋਲੀ ਨੂੰ ਆਪਣੇ ਘਰ ਦੇ ਵਿੱਚੋਂ ਸਿੱਖੀ, ਇਹ ਪੰਜਾਬੀਅਤ ਨੂੰ, ਆਪਣੇ ਭਾਈਚਾਰੇ ਨੂੰ, ਆਪਣੇ ਵਿਰਸੇ ਨੂੰ ਘਰ ਦੇ ਵਿੱਚੋਂ ਪਾਇਆ ਇਸਨੇ। ਸੋ ਇਹ ਕਲਾਕਾਰ ਦੇ ਵਿੱਚ ਬੜੇ ਹੀ ਗੁਣ ਨੇ ਜੋ ਕਿ ਮੈਂ ਇਹ ਦੇਖਦੀ ਹਾਂ ਕਿ ਇੱਥੇ ਬੋਰਨ ਹੋ ਕੇ ਕਈ ਬੱਚਿਆਂ ਨੂੰ ਇਹ ਚੀਜ਼ਾਂ ਦਾ ਪਤਾ ਨਹੀਂ ਲੱਗਦਾ। ਮੈਂ ਇਹ ਕਹਾਂਗੀ ਕਿ ਆਪਣੇ ਘਰਾਂ ਵਿੱਚ ਜਦੋਂ ਅਸੀਂ ਪੰਜਾਬੀ ਬੋਲਦੇ ਹਾਂ, ਆਪਣੀ ਬੋਲੀ ਨੂੰ, ਰਸਮੀ ਬੋਲੀ ਨੂੰ ਘਰਾਂ ਵਿੱਚ ਬੱਚੇ ਅੱਗੇ ਬੋਲਦੇ ਹਾਂ, ਅਤੇ ਬੱਚੇ ਉਸ ਤੋਂ ਬਹੁਤ ਕੁਝ ਸਿੱਖਦੇ ਨੇ, ਫਿਰ ਉਹਨਾਂ ਦੇ ਦਿਲ 'ਚ ਆਉਂਦਾ ਕਿ ਅਸੀਂ ਗੀਤ ਸੰਗੀਤ ਦੀ ਫੁਲਵਾੜੀ ਵੱਲ ਚੱਲੀਏ ਤਾਂ ਕਿ ਅਸੀਂ ਵੀ ਗਾਈਏ ਐਸੇ ਗੀਤ ਅਤੇ ਸਾਡਾ ਨਾਮ ਵੀ ਰੌਸ਼ਨ ਹੋਵੇ। ਸੋ ਇਹ ਕਲਾਕਾਰ ਨੇ ਆਪਣੇ ਮਾਂ ਬਾਪ ਨੂੰ ਘਰ ਦੇ ਵਿੱਚ ਪੰਜਾਬੀ ਬੋਲਦਿਆਂ ਸਿੱਖਿਆ ਔਰ ਗੀਤ ਸੰਗੀਤ ਘਰ ਦੇ ਵਿੱਚ ਹੀ ਸੁਣਿਆ। ਔਰ ਐਸੇ ਪੈਟਰੀਓਟਿਕ ਸਿੰਗਰ ਮੈਂ ਕਹਾਂਗੀ ਕਿ ਜਿਨ੍ਹਾਂ ਨੇ ਭਗਤ ਸ਼ਹੀਦ ਸਿੰਘ ਦੇ ਉੱਪਰ ਐਸੇ ਗਾਣੇ ਗਾਏ, ਮਾਂ ਦੇ ਉੱਪਰ ਗਾਣੇ ਐਸੇ ਗਾਏ ਔਰ ਹਰੇਕ ਸਬਜੈਕਟ ਦੇ ਉੱਪਰ ਗਾਣੇ ਗਾਏ ਕਿ ਮੈਂ ਹੈਰਾਨ ਹਾਂ ਕਿ ਇੱਥੇ ਦਾ ਜੰਮਪਲ ਬੱਚਾ ਐਸੇ ਐਸੇ ਸਬਜੈਕਟ ਦੇ ਉੱਪਰ ਗਾਣੇ ਗਾ ਕੇ ਔਰ ਆਪ ਲਿਖੇ ਉਹਨਾਂ ਗੀਤਾਂ ਨੂੰ ਉਹਨਾਂ ਨੇ ਸੁਣਾਏ। ਸੋ ਇਹਨਾਂ ਕਲਾਕਾਰਾਂ ਦੇ, ਫਨਕਾਰਾਂ ਦੇ ਵਿੱਚ ਹਮੇਸ਼ਾ ਹੀ ਦਿਲਾਂ ਦੇ ਵਿੱਚ ਇਹ ਹੁੰਦਾ ਕਿ ਜੇ ਕਈਆਂ ਨੂੰ ਬਿਲਕੁਲ ਪੰਜਾਬੀ ਨਹੀਂ ਆਉਂਦੀ ਇੱਥੇ ਦੇ ਬੋਰਨ ਹੋ ਕੇ ਬੱਚਿਆਂ ਨੂੰ, ਕਿਉਂਕਿ ਉਹਨਾਂ ਦੇ ਘਰਾਂ ਦੇ ਵਿੱਚ ਵੀ ਇੰਗਲਿਸ਼ ਬੋਲੀ ਜਾਂਦੀ ਹੈ
ਉਹਨਾਂ ਦਾ ਸ਼ੌਕ ਬਿਲਕੁਲ ਪੈ ਨਹੀਂ ਸਕਦਾ ਇਹਨਾਂ ਚੀਜ਼ਾਂ ਦੇ ਵਿੱਚ ਕਿ ਅਸੀਂ ਪੰਜਾਬੀ ਗੀਤ ਜਾਂ ਹਿੰਦੀ ਗੀਤ ਜਿਹੜੀ ਵੀ ਤੁਹਾਡੀ ਮਾਤਰ ਭਾਸ਼ਾ ਹੈ ਉਰਦੂ ਦੇ ਗੀਤ ਗਜ਼ਲਾਂ ਕੋਈ ਵੀ ਚੀਜ਼ ਜੇ ਘਰ ਵਿੱਚ ਨਹੀਂ ਹੋਏਗੀ ਨਾ ਤਾਂ ਬੱਚੇ ਸਿੱਖਣਗੇ ਨਹੀਂ ਸੋ ਇਹ ਕਲਾਕਾਰ ਮੈਨੂੰ ਦੱਸਿਆ ਕਿ ਵੀ ਮੈਂ ਆਪਣੇ ਘਰ ਦੇ ਵਿੱਚੋਂ ਹੀ ਇਹ ਸਿੱਖਿਆ ਪ੍ਰਾਪਤ ਕੀਤੀ ਹੈ ਜਗਦੀਪ ਜੀ ਤਾਂ ਕਿ ਸਾਡੇ ਮਾਂ ਬਾਪ ਨੂੰ ਵੀ ਜਿਹੜਾ ਸ਼ੌਕ ਸੀਗਾ ਔਰ ਸਾਡੇ ਭੈਣ ਭਰਾਵਾਂ ਨੂੰ ਜਿਹੜਾ ਸ਼ੌਕ ਸੀ ਇਹਨਾਂ ਚੀਜ਼ਾਂ ਨੂੰ ਮੈਂ ਪਾ ਕੇ ਇਸ ਮਿਊਜ਼ਿਕ ਇੰਡਸਟਰੀ ਦੇ ਵਿੱਚ ਆਇਆ ਪਹਿਲਾਂ ਮੈਨੂੰ ਲੱਗਦਾ ਇਹ ਮਿਊਜ਼ਿਕ ਇੰਡਸਟਰੀ ਦੇ ਵਿੱਚ ਆਏ ਛੋਟੀ ਉਮਰ ਸੀ ਲਿਖਦੇ ਆਪ ਸੀ ਗੀਤ ਲੇਕਿਨ ਇੰਨਾ ਇਹਨਾਂ ਦੀ ਬੜੀ ਮਸ਼ਹੂਰੀ ਹੋਈ ਅੱਛੀ ਤਰ੍ਹਾਂ ਮਸ਼ਹੂਰੀ ਹੋਈ ਲੇਕਿਨ ਇੰਡਸਟਰੀ ਦੇ ਵਿੱਚ ਕਈ ਵਾਰੀ ਥੋੜ੍ਹਾ ਦਿਲ ਹੋਰ ਤਰ੍ਹਾਂ ਹੋ ਜਾਂਦਾ ਕਿ ਨਹੀਂ ਦਿਸ ਪਲੇਸ ਇਜ਼ ਨੋਟ ਫੋਰ ਮੀ ਲੇਕਿਨ ਹੁਣ ਉਸ ਕਲਾਕਾਰ ਨੇ ਵਾਪਸੀ ਪਾਈ ਹੈ ਇਸ ਮਿਊਜ਼ਿਕ ਇੰਡਸਟਰੀ ਦੇ ਵਿੱਚ ਔਰ ਉਹਨਾਂ ਨੂੰ ਗੀਤ ਸੰਗੀਤ ਦਾ ਜਿਹੜਾ ਸ਼ੌਕ ਇਹ ਸ਼ੌਕ ਜਿਹੜੇ ਹੁੰਦੇ ਨਾ ਤੁਸੀਂ ਕਹੋਗੇ ਅੱਜ ਮੇਰਾ ਗਲਾ ਸੱਚੀ ਦੱਸਾਂ ਬੜਾ ਖਰਾਬ ਹੈ ਇਹ ਸ਼ੌਕ ਜਿਹੜੇ ਦਿਲਾਂ ਦੇ ਹੁੰਦੇ ਆ ਇਹ ਕਹਿੰਦੇ ਨਾ ਭੇਜਿਆ ਇਹਨਾਂ ਨੂੰ ਭੇਜ ਨਹੀਂ ਸਕਦੇ ਆਪਾਂ ਦਿਲਾਂ ਦੇ ਸ਼ੌਕ ਨੂੰ ਦਿਲੋਂ ਹੀ ਗਾਉਂਦੇ ਹਾਂ ਆਪਾਂ ਔਰ ਉਸ ਸ਼ੌਕ ਨੂੰ ਉਹ ਆਪਾਂ ਜੇ ਕਹੀਏ ਨਾ ਇੱਕ ਵਾਰੀ ਨਹੀਂ ਨਹੀਂ ਆਪਾਂ ਨਹੀਂ ਇਸ ਸ਼ੌਕ ਨੂੰ ਜਾਰੀ ਰੱਖਣਾ ਇਸ ਨੂੰ ਆਪਾਂ ਛੱਡ ਹੀ ਦਈਏ ਇਸ ਨੂੰ ਆਪਾਂ ਕੱਢ ਹੀ ਦਈਏ ਲੇਕਿਨ ਉਸ ਸ਼ੌਕ ਨੂੰ ਆਪਾਂ ਕੱਢ ਨਹੀਂ ਸਕਦੇ ਕਿਉਂਕਿ ਕਈ ਵਾਰੀ ਉਹ ਤੁਹਾਨੂੰ ਗੋਡ ਗਿਫਟਿਡ ਚੀਜ਼ ਮਿਲੀ ਹੁੰਦੀ ਹੈ ਕਿ ਤੁਸੀਂ ਉਸ ਸ਼ੌਕ ਨੂੰ ਜਾਰੀ ਰੱਖਣਾ ਚਾਹੁੰਦੇ ਹੋ ਸੋ ਇਹ ਕਲਾਕਾਰਾਂ ਨੂੰ ਅਸੀਂ ਕਵਾਂਗੇ ਆਪਣੇ ਇਸ ਸ਼ੌਕ ਨੂੰ ਜਾਰੀ ਰੱਖਣ ਵਾਸਤੇ ਕਿਉਂ ਨਾ ਆਪਾਂ ਛੋਟਾ ਜਿਹਾ ਇਹੀ ਗੀਤ ਦੁਬਾਰਾ ਸੁਣੀਏ ਤਾਂ ਫਿਰ ਤੁਸੀਂ ਉਸ ਕਲਾਕਾਰ ਨਾਲ ਗੱਲਬਾਤ ਕਰ ਸਕਦੇ ਹੋ ਕਿਉਂਕਿ ਕਲਾਕਾਰ ਥੋੜ੍ਹੇ ਜਿਹੇ ਲੇਟ ਹੈ ਬਾਹਰ ਬਰਸਾਤ ਦਾ ਮੌਸਮ ਹੈ ਬਰਸਾਤ ਦੇ ਮੌਸਮ ਦੇ ਵਿੱਚ ਟ੍ਰੈਫਿਕ ਦੇ ਤੁਹਾਨੂੰ ਪਤਾ ਫਸ ਜਾਂਦੇ ਹਾਂ ਕਿਉਂ ਨਾ ਆਪਾਂ ਇਸ ਗੀਤ ਨੂੰ ਇੱਕ ਵਾਰੀ ਠੁਮਕੇ ਨੂੰ ਹੀ ਦੁਬਾਰਾ ਮੈਨੂੰ ਇਹ ਗੀਤ ਬਹੁਤ ਹੀ ਪਸੰਦ ਹੈ ਤੁਹਾਨੂੰ ਮੈਂ ਸੁਣਾਉਣਾ ਚਾਹਾਂਗੀ ਠੁਮਕਾ ਦੁਬਾਰਾ ਇਹ ਗੀਤ ਆਪਣੇ ਕੰਟਰੋਲ ਰੂਮ 'ਚ ਮੈਂ ਕਹਾਂਗੀ ਜੇ ਇਸ ਗੀਤ ਨੂੰ ਦੁਬਾਰਾ ਦਿਖਾ ਸਕਣ ਚਲੋ ਦੂਸਰਾ ਗਾਣਾ ਜਾਂ ਦੂਸਰਾ ਗਾਣਾ ਦੇਖ ਲੈਂਦੇ ਹਾਂ ਜਾਂ ਠੁਮਕਾ ਹੀ ਦੁਬਾਰਾ ਦੇਖ ਲੈਂਦੇ ਹਾਂ ਜੀ ਦੋਸਤੋ ਤੁਸੀਂ ਇਹ ਕਲਾਕਾਰ ਦਾ ਇਹ ਗੀਤ ਸੁਣਿਆ ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਬਰਸਾਤ ਦੇ ਮੌਸਮ 'ਚ ਬਰਸਾਤ ਦਾ ਮੌਸਮ ਅੱਛਾ ਵੀ ਲੱਗਦਾ ਲੇਕਿਨ ਬਰਸਾਤ ਦਾ ਮੌਸਮ ਇਸ ਤਰ੍ਹਾਂ ਵੀ ਹੈ ਕਿ ਕਿਸੇ ਆਉਂਦੇ ਆਉਂਦੇ ਰਾਹੀ ਨੂੰ ਰੋਕ ਲੈਂਦਾ ਸੋ ਇਹ ਬਰਸਾਤ ਦੇ ਮੌਸਮ ਨੂੰ ਆਪਾਂ ਪਿਆਰ ਭਰਿਆ ਵੀ ਕਹਿ ਸਕਦੇ ਹਾਂ ਲੇਕਿਨ ਕਈ ਵਾਰੀ ਤੁਹਾਨੂੰ ਗੁੱਸਾ ਵੀ ਬਹੁਤ ਚੜਾ ਦਿੰਦਾ ਸੋ ਸਾਡੇ ਕਲਾਕਾਰ ਸਟੂਡੀਓ ਵਿੱਚ ਪਹੁੰਚ ਚੁੱਕੇ ਨੇ ਮੈਨੂੰ ਪਤਾ ਟਾਈਮ ਤਾਂ ਬਹੁਤ ਹੀ ਜਲਦੀ ਭੱਜਦਾ ਸੋ ਇਸ ਕਲਾਕਾਰ ਬਾਰੇ ਮੈਂ ਤੁਹਾਨੂੰ ਬਹੁਤ ਕੁਛ ਦੱਸ ਚੁੱਕੀ ਹਾਂ ਕਿਉਂ ਨਾ ਆਪਾਂ ਸਿੱਧਾ ਇਹਨਾਂ ਵੱਲ ਹੀ ਚੱਲੀਏ ਮੇਰੇ ਨਾਲ ਨੇ ਇੱਕ ਐਸੇ ਕਲਾਕਾਰ ਐਸੇ ਫਨਕਾਰ ਜਿਨ੍ਹਾਂ ਦੇ ਗੀਤਾਂ ਨੂੰ ਸੁਣ ਕੇ ਮੈਂ ਖੁਦ ਇਹਨਾਂ ਦੀ ਫੈਨ ਹਾਂ ਸਾਡੇ ਮਹਿਸਾ ਫੋੜੀਆ ਜੀ ਸਾਡੇ ਕੋਲ ਆਏ ਹੋਏ ਨੇ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਕਹਾਂਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਇਸ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮਹਿਸਾ ਫੋੜੀਆ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਸਲਾਮ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਾਫੀ ਚਾਹੁੰਦਾ ਕਿ ਮੈਂ ਲੇਟ ਹੋ ਗਿਆ ਮੈਂ ਕੋਈ ਨਾ ਮੈਂ ਆਪਣੇ ਦਰਸ਼ਕਾਂ ਨੂੰ ਦੱਸਾਂਗੀ ਕਿ ਵੀ ਇਹਨਾਂ ਦਾ ਵੀ ਗਲਾ ਖਰਾਬ ਤੇ ਮੇਰਾ ਵੀ ਗਲਾ ਖਰਾਬ ਅਸੀਂ ਸੰਡੇ ਵੀ ਇਕੱਠੇ ਸੀਗੇ ਉਦੋਂ ਵੀ ਮੈਂ ਇਹਨਾਂ ਤੋਂ ਮੱਚ ਬੈਟਰ ਸੀ ਔਰ ਅੱਜ ਵੀ ਮੈਂ ਇਹਨਾਂ ਤੋਂ ਮੱਚ ਬੈਟਰ ਹਾਂ ਗਲਾ ਮੇਰਾ ਵੀ ਖਰਾਬ ਹੈ ਤੇ ਇਹਨਾਂ ਦਾ ਵੀ ਕਿਉਂਕਿ ਤੁਹਾਨੂੰ ਪਤਾ ਹੈ ਕਿ ਇਹ ਜਿਹੜੀਆਂ ਇੰਟਰਵਿਊਜ਼ ਹੈ ਅਪਾਇੰਟਮੈਂਟਸ ਹੈ ਪਹਿਲਾਂ ਬੁੱਕ ਹੋਈਆਂ ਹੁੰਦੀਆਂ ਔਰ ਤੁਹਾਨੂੰ ਸਾਡਾ ਥੋੜ੍ਹਾ ਜਿਹਾ ਬੇਅਰ ਕਰਨਾ ਪੈਣਾ ਕਿ ਅਸੀਂ ਫਿਰ ਵੀ ਜਿਸ ਹਾਲਤ 'ਚ ਹਾਂ ਜਿਸ ਤਰ੍ਹਾਂ ਵੀ ਹੈ ਇੱਥੇ ਪਹੁੰਚੇ ਹੋਏ ਹਾਂ ਔਰ ਮੈਂ ਇਹਨਾਂ ਦਾ ਸ਼ੁਕਰੀਆ ਅਦਾ ਕਰਾਂਗੀ ਕਿ ਸਾਡੇ ਸਟੂਡੀਓ ਵਿੱਚ ਵੀ ਨੇ ਸਟੂਡੀਓ ਦੇ ਵਿੱਚ ਇਹ ਪਹੁੰਚੇ ਨੇ ਜਿਸ ਹਾਲਤ 'ਚ ਵੀ ਨੇ ਆਪਾਂ ਇਹਨਾਂ ਦੀਆਂ ਗੱਲਾਂ ਬਾਤਾਂ ਸੁਣਾਂਗੇ ਇਹਨਾਂ ਦੇ ਮਿਊਜ਼ਿਕ ਬਾਰੇ ਪੁੱਛਾਂਗੇ ਸੋ ਕਿਉਂ ਨਾ ਆਪਾਂ ਇਹਨਾਂ ਨਾਲ ਹੀ ਗੱਲ ਕਰੀਏ ਕਿਉਂਕਿ ਮੈਂ ਤਾਂ ਬਹੁਤ ਕੁਛ ਤੁਹਾਨੂੰ ਦੱਸ ਚੁੱਕੀ ਹਾਂ ਇਹਨਾਂ ਬਾਰੇ ਮਸਾਪੁਰੇ ਜੀ ਮੈਨੂੰ ਦੱਸੋ ਤੁਸੀਂ ਤੁਹਾਡਾ ਜਨਮ ਮੈਂ ਦੱਸਿਆ ਸਭ ਨੂੰ ਇੱਥੇ ਦਾ ਹੋਇਆ ਬਿਲਕੁਲ ਜੀ ਹਾਂਜੀ ਕਿਹੜੀ ਜਗ੍ਹਾ ਤੇ ਜਨਮ ਮੇਰਾ ਬਰਮਿੰਘਮ ਦਾ ਹੈ ਜਨਮ ਤੇ ਪਰਵਰਿਸ਼ ਯੂਕੇ ਦੀ ਆ ਪਹਿਲੀ ਵਾਰ ਮੈਂ ਇੰਡੀਆ ਗਿਆ ਸੀ ਜਦ ਮੈਂ 18 ਸਾਲ ਦਾ ਸੀਗਾ ਪਰ 5 ਸਾਲ ਦੀ ਉਮਰ ਤੋਂ ਮੇਰੇ ਮਮ ਡੈਡ ਮੈਨੂੰ ਪੰਜਾਬੀ ਪੜ੍ਹਨ ਲਿਖਣ ਭੇਜਦੇ ਸੀ ਗੁਰਦੁਆਰੇ ਉਹ ਚਾਹੁੰਦੇ ਸੀ ਕਿ ਮੇਰੇ ਮੰਮੀ ਡੈਡੀ ਅਨਪੜ੍ਹ ਆ ਉਹ ਚਾਹੁੰਦੇ ਸੀ ਕਿ ਸਾਡੇ ਬੱਚੇ ਪੰਜਾਬੀ ਨਾਲ ਜੁੜੇ ਰਹਿਣ ਕਿ ਯੂਕੇ ਜਾਣਾ ਹੋਇਆ ਯੂ ਨੋ ਆਪਣੀ ਯਾਨੀ ਮਾਂ ਬੋਲੀ ਨਾਲ ਜੁੜੇ ਰਹਿਣ ਅਤੇ ਫਿਰ ਇਹ ਮੇਰੀ ਮੰਮੀ ਦੀ ਬਹੁਤ ਕੋਸ਼ਿਸ਼ ਸੀਗੀ ਫਿਰ 8 ਸਾਲ ਦੀ ਉਮਰ ਪਹਿਲੀ ਵਾਰ ਮੈਂ ਪੰਜਾਬ ਦੇਖਿਆ ਅਤੇ ਉੱਥੇ ਕੁਝ ਮਹੀਨੇ ਅਸੀਂ ਰਹਿ ਕੇ ਆਏ ਅਤੇ ਪੰਜਾਬ ਨਾਲ ਬਹੁਤ ਸਾਰਾ ਪਿਆਰ ਅਤੇ ਮੋਹ ਪਿਆ ਅਤੇ ਮੇਰੇ ਖਿਆਲ 'ਚ ਉਸ ਟਾਈਮ ਤੋਂ ਯਾਨੀ ਕਿ ਇੱਕ ਸਹੀ ਉਸ ਸਟ੍ਰੈਚ ਖਿੱਚ ਸੀ ਦਿਲ ਵਿੱਚ ਕਿ ਪੰਜਾਬ ਨਾਲ ਮੂੰਹ ਪੈ ਕੇ ਪੰਜਾਬੀ ਗਾਇਕੀ ਨਾਲ ਕਿ ਮੈਂ ਕੁਛ ਕਰਾਂ ਪੰਜਾਬੀ ਬੋਲੀ ਚ ਬਿਲਕੁਲ ਜੀ ਹਾਂਜੀ ਮੈਂ ਦੱਸ ਕੇ ਹਟੀ ਆ ਕਿ ਜਿਹੜੇ ਇਹ ਗੋਡ ਗਿਫਟਿਡ ਚੀਜ਼ ਹੁੰਦੀ ਹੈ ਤੁਹਾਡੇ ਦਿਲ ਚ ਹੁੰਦੀ ਹੈ
ਆਪਾਂ ਜੇ ਉਸਨੂੰ ਜਿੰਨਾ ਮਰਜ਼ੀ ਅਵੋਇਡ ਕਰਨ ਦੀ ਕੋਸ਼ਿਸ਼ ਕਰੀਏ ਕਿ ਵੀ ਨਹੀਂ ਇਸ ਨੂੰ ਆਪਾਂ ਰਹਿਣ ਹੀ ਦੇਈਏ ਨੋ, ਲੇਕਿਨ ਉਹ ਖਿੱਚ ਥੋੜ੍ਹੇ 'ਚ ਐਸੀ ਆਉਂਦੀ ਹੈ ਕਿ ਤੁਹਾਡਾ ਬਾਰ ਬਾਰ ਉਹ ਦਿਲ ਕਰਦਾ ਕਿ ਉਸ ਚੀਜ਼ ਨੂੰ ਸੁਣਾਈਏ। ਤੁਸੀਂ ਕਾਫੀ ਸਾਲ ਪਹਿਲਾਂ ਮਿਊਜ਼ਿਕ ਇੰਡਸਟਰੀ ਦੇ ਵਿੱਚ ਰਹੇ ਹੋ ਔਰ ਫਿਰ ਤੁਸੀਂ ਹੁਣ ਕਮਬੈਕ ਕੀਤਾ, ਪਹਿਲੇ ਤੁਹਾਡੇ ਗੀਤ ਬੜੇ ਮਸ਼ਹੂਰ ਹੋਏ, ਗਾ ਕੇ ਨਾ ਸੀ ਉਸ ਤੋਂ ਹੀ ਸਾਡੇ ਸਰੋਤਿਆਂ ਨੂੰ ਦੱਸੋ ਕਿ ਦਰਸ਼ਕਾਂ ਨੂੰ ਕਿ ਕਿਸ ਤਰ੍ਹਾਂ ਤੁਹਾਡੇ ਉਹ ਗੀਤ ਕਿਹੜੇ ਕਿਹੜੇ ਸੀ ਜਿਹੜੇ ਮਸ਼ਹੂਰ ਹੋਏ ਤਾਂ ਕਿ ਦੇ ਕੈਨ ਫੋਟੋ ਯੂ ਯੂ ਨੋ। ਬਿਲਕੁਲ, ਪਹਿਲਾ ਗੀਤ ਸੀਗਾ ਜੋ ਯੂਕੇ ਇੰਡੀਆ ਵਿੱਚ ਨੰਬਰ 1 ਰਿਹਾ ਸੀ, ਉਹ ਸੀ ਠੁਮਕਾ ਠੁਈ, ਜਿਹਨੂੰ ਸਰੋਤੇ ਜਾਂਦੇ ਤੇਰੇ ਨਾਂ ਤੇ ਸੋਹਣੇ ਵੇ ਮੈਂ ਬੋਲੀਆਂ ਸੀ ਪਾਈਆਂ, ਤੇਰੇ ਨਾਂ ਤੇ ਸੋਹਣਿਆ ਵੇ ਮੈਂ ਬੋਲੀਆਂ ਸੀ ਪਾਈਆਂ, ਮੈਂ ਬੋਲੀਆਂ ਸੀ ਪਾਈ। ਤੁਸੀਂ ਨਾ ਗਾ ਮੈਂ ਗਾ, ਤੁਸੀਂ ਗਾ। ਜਿਸ ਤਰ੍ਹਾਂ ਮੈਂ ਦਰਸ਼ਕਾਂ ਨੂੰ ਦੱਸਿਆ ਕਿ ਸਾਡੇ ਸੋਹਣੇ ਦਾ ਗਲਾ ਖਰਾਬ ਹੈ, ਲੇਕਿਨ ਆਈ ਐਮ ਟ੍ਰਾਈਂਗ ਮਾਈ ਬੈਸਟ ਕਿ ਇਹਨਾਂ ਦੇ ਮੂੰਹ ਚੋਂ ਵੀ ਸੁਣੀਏ ਤੇ ਨਾਲ ਇਹਨਾਂ ਨੂੰ ਮੈਂ ਥੋੜੀ ਹੈਲਪ ਆਊਟ ਕਰਾਂ। ਆਈ ਐਮ ਨਾਟ ਸਿੰਗਰ ਬਟ ਸਟਿਲ ਆਈ ਵਿਲ ਟ੍ਰਾਈ ਟੂ ਹੈਲਪ ਹਿਮ ਆਊਟ, ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਕਿਹੜੇ ਕਿਹੜੇ ਗੀਤਾਂ ਦੇ ਨਾਲ ਇਹ ਮਸ਼ਹੂਰ ਹੋਏ, ਇਹਨਾਂ ਨੇ ਆਪਣੀ ਸਾਜ਼ ਨੂੰ ਆਪਣੀ ਆਵਾਜ਼ ਨੂੰ ਇਹ ਕਲਾਕਾਰੀ ਨੂੰ ਤੁਹਾਡੇ ਸਾਹਮਣੇ ਜਿਹੜੇ ਲੈ ਕੇ ਆਏ ਸੀਗੇ ਉਹ ਗੀਤ, ਅੱਛਾ ਇੱਕ ਤਾਂ ਇਹ ਸੀਗਾ ਸੋਹਣਿਆ ਬੋਲੀਆਂ, ਬਿਲਕੁਲ, ਤੇ ਇੱਕ ਸੀਗਾ ਕਿ ਰੰਗਲੇ ਪੰਜਾਬ ਦੀਆਂ, ਉਹਨੂੰ ਵੀ ਬਹੁਤ ਸਾਰਾ ਭਰਪੂਰ ਹੰਗਾਰਾ ਸਰੋਤਾਂ ਨੇ ਦਿੱਤਾ ਸੀਗਾ, ਤੇ ਉਸਦਾ ਵੀਡੀਓ ਵੀ ਅਸੀਂ ਜਾ ਕੇ ਮੈਂ ਆਪਣੇ ਨਾਮ ਕੀਤੇ ਆਪਣੇ ਪਿੰਡ ਬਣਾਇਆ ਵੀਡੀਓ। ਅੱਛਾ, ਮੈਂ ਚਾਹੁੰਦਾ ਸੀ ਕਿ ਜਿੱਦਾਂ ਦਾ ਪੰਜਾਬ ਮੈਂ ਦੇਖਿਆ ਸੀ ਛੋਟੇ ਹੁੰਦੇ ਨੇ, ਹਾਂਜੀ, ਉਹ ਪੰਜਾਬ ਦਿਖਾ ਲਾ ਉਹਨਾਂ ਨੂੰ, ਉਦਾਂ ਅਸੀਂ ਗੱਡਾ ਜੋੜਿਆ ਤੇ ਬੋਲਦ ਜੋੜੇ ਸੀ, ਇੱਕ ਲਾਖਾ ਤੇ ਇੱਕ ਬੱਗਾ ਬੋਲ। ਆਈ ਲਵ ਇਟ ਦ ਵੇ ਯੂ ਸੇ ਬੋਲ ਬੋਲਦ, ਮੈਂ ਵੀ ਦੇਖੇ, ਪਰ ਤੁਸੀਂ ਇਹ ਰੰਗਦਾਰ ਦੇਖੇ ਬੋਲ, ਕਿਹੜੇ ਕਿਹੜੇ ਰੰਗ ਦਾ ਸੀਗਾ? ਇੱਕ ਸੀ ਲਾਖਾ ਤੇ ਇੱਕ ਸੀ ਬੱਗਾ ਬੋਲ। ਅੱਛਾ, ਉਹਨਾਂ ਦਾ ਨਾਮ ਸੀ ਕਿ ਕਲਰ ਸੀ? ਕਲਰ ਸੀ ਇਹਦੇ ਲਿਖਿਆ ਹੁੰਦਾ ਕਲਰ। ਅੱਛਾ ਅੱਛਾ, ਤੇ ਮੈਨੂੰ ਜਿੱਦਾਂ ਉਹ ਚੀਜ਼ਾਂ ਯਾਦ ਸੀ, ਤੇ ਜਿਸ ਵਕਤ ਅਸੀਂ ਵੀਡੀਓ ਬਣਾ ਰਹੇ ਸੀ ਮੈਂ ਕਿ ਮੈਂ ਚਾਹੁੰਦਾ ਕਿ ਉਦਾਂ ਦੇ ਬੋਲ ਹੋਵੇ ਕਿ ਉਹ ਹੀ ਪੰਜਾਬ ਮੈਂ ਦਿਖਾਵਾਂ। ਅੱਛਾ ਅੱਛਾ, ਤੇ ਘੋੜੀ ਚਿੱਟੀ ਡਿਜ਼ਾਈਨ ਰੱਖੀ ਸੀ ਕਿ ਮੇਰੇ ਫਾਦਰ ਸਾਹਿਬ ਦੇ ਬਾਬਾ ਜੀ ਉਹਨਾਂ ਕੋਲ ਚਿੱਟੀ ਘੋੜੀ ਹੁੰਦੀ ਸੀ, ਸਫੈਦ ਕੱਪੜੇ ਤਾਂ ਹੀ ਪਾਏ ਸੀ, ਯਾਨੀ ਕਿ ਚਾਦਰ ਵਾਲਾ ਸੀ ਕੁਰਤਾ ਇਨ ਦੈਟ ਵੇ, ਹਾਂਜੀ, ਇਹ ਤੇ ਤੋਲੇ ਵਾਲੀ ਪੱਗ ਸੀ ਕਿ ਮੇਰੇ ਬਾਬਾ ਜੀ ਇਸ ਤਰ੍ਹਾਂ ਦਾ ਪੈਰਾਵਾ ਰੱਖਦੇ ਸੀਗੇ, ਵੀ ਕਿ ਅਸੀਂ ਜੱਟ ਜ਼ਮੀਨਦਾਰ ਖੇਤੀਬਾੜੀ ਕਰਦੇ ਹਾਂ, ਤੇ ਫਿਰ ਉਹ ਮੈਂ ਪੈਰਾਵਾ ਦਿਖਾ ਆਪਣੇ ਬਾਬਾ ਜੀ ਉਹਨਾਂ ਦੇ ਕਿ ਬਿਲਕੁਲ ਜੀ, ਹਾਂਜੀ। ਦੋਸਤੋ ਮੈਂ ਦੱਸਿਆ ਕਿ ਇਹ ਬੱਚਾ ਇਹ ਕਾਕਾ ਛੋਟਾ ਜਿਹਾ ਲੱਗਦਾ ਲੇਕਿਨ ਹੈ ਵੱਡਾ ਸਾਰਾ ਸਿੰਗਿੰਗ ਦੇ ਵਿੱਚ, ਲੇਕਿਨ ਇਸ ਕਾਕੇ ਨੇ ਪੂਰੀ ਕੋਸ਼ਿਸ਼ ਕੀਤੀ ਪੰਜਾਬ ਦੇ ਵਿੱਚ ਜਾ ਕੇ ਔਰ ਜੋ ਕੁਛ ਆਪ ਦੇਖਿਆ ਕਿ ਉਸ ਨੂੰ ਆਪਣੇ ਗੀਤ ਦੁਆਰਾ ਆਪਣੀ ਵੀਡੀਓ ਦੁਆਰਾ ਇੱਥੇ ਦੇ ਯੰਗਸਟਰਸ ਨੂੰ ਇੱਥੇ ਦੇ ਜੰਪਲ ਨੂੰ ਇਹ ਦਿਖਾਇਆ ਜਾਵੇ ਕਿ ਪੰਜਾਬ ਆਪਣਾ ਕੀ ਹੈ। ਕਈ ਵਾਰੀ ਆਪਾਂ ਵੀਡੀਓਜ਼ ਦੇ ਵਿੱਚ ਦੇਖਦੇ ਹਾਂ ਪੰਜਾਬ ਨੂੰ ਉਸ ਤਰ੍ਹਾਂ ਦਰਸਾਇਆ ਨਹੀਂ ਜਾਂਦਾ ਕਿ ਜਿਸ ਤਰ੍ਹਾਂ ਦਾ ਆਪਣਾ ਪੰਜਾਬ ਸੋਹਣਾ ਸੁਥਰਾ ਬਹਾਰਾਂ ਦੀ ਪਿੰਡਾਂ ਦੇ ਵਿੱਚ ਖੁਸ਼ਬੂ ਆਉਂਦੀ ਹੈ ਉਹ ਨਹੀਂ ਦਰਸਾਇਆ ਜਾਂਦਾ। ਸੋ ਇਹਨਾਂ ਨੇ ਆਪਣੇ ਰੰਗਲੇ ਪੰਜਾਬ ਦੇ ਵਿੱਚ ਉਸ ਗੀਤ ਦੇ ਰਾਹੀਂ ਉਸ ਵੀਡੀਓ ਦੇ ਰਾਹੀਂ ਪੰਜਾਬ ਨੂੰ ਦਿਖਾਇਆ। ਬਿਲਕੁਲ, ਕਿਉਂਕਿ ਮੇਰੀ ਇਹ ਸੋਚ ਸੀ ਕਿ ਜ਼ਿਆਦਾਤਰ ਜਿਹੜੇ ਵੀਡੀਓ ਪੰਜਾਬ 'ਚ ਇੱਥੇ ਵੀ ਹੈ ਨਾ ਜਿਹੜੇ ਪੰਜਾਬ 'ਚ ਬਣੇ ਹੁੰਦੇ ਵੀਡੀਓ, ਹਾਂਜੀ, ਉਹ ਅਸਲੀ ਪੰਜਾਬ ਨੂੰ ਨਹੀਂ ਦਿਖਾਉਂਦੇ, ਉਹ ਨਹੀਂ ਸੱਭਿਆਚਾਰ ਜਾਂ ਵਿਰਸਾ ਦਿਖਾਉਂਦੇ ਜੋ ਅਸੀਂ ਦੇਖਣਾ ਚਾਹੁੰਦੇ ਹਾਂ। ਹਾਂਜੀ, ਤੇ ਫਿਰ ਜਿਹੜੇ ਇੰਡੀਆ ਦੇ ਫੈਨਸ ਆ ਉਹ ਚਾਹੁੰਦੇ ਕਿ ਯੂਕੇ ਸਟਾਰ ਵੀਡੀਓ ਹੋਵੇ, ਅਸੀਂ ਯੂਕੇ ਦੇਖੀਏ, ਪਰ ਜਿਹੜੇ ਇੱਥੇ ਪੰਜਾਬ ਤੋਂ ਦੂਰ ਪੰਜਾਬ ਪੰਜਾਬੀਅਤ ਨੂੰ ਪਿਆਰ ਕਰਦੇ ਉਹ ਚਾਹੁੰਦੇ ਕਿ ਵੀਡੀਓ ਦੇਸੀ ਹੋਵੇ ਕਿ ਪੰਜਾਬ ਦੇਖੀਏ ਬੈਠੇ, ਕਿਉਂਕਿ ਉਹ ਚੀਜ਼ਾਂ ਉਹਨਾਂ ਨੂੰ ਯਾਦ ਆਉਂਦੀਆਂ, ਯਾਦ ਆਉਂਦੀਆਂ, ਉਹ ਚੀਜ਼ਾਂ ਅਸੀਂ ਯਾਨੀ ਕਿ ਵੀਡੀਓ ਰਾਹੀਂ ਦਰਸਾਈਆਂ ਦਿਖਾ ਲਈਆਂ, ਬੜੀ ਖੁਸ਼ੀ ਹੋਈ। ਉਹਦੇ ਕੀ ਅਲਫਾਜ਼ ਕੀ ਸੀਗੇ ਉਸ ਗੀਤ ਦੇ? ਉਹ ਗੀਤ ਸੀ ਕਿ ਨਈ ਰੀਸਾ ਮੇਰੇ ਰੰਗਲੇ ਪੰਜਾਬ ਦੀਆਂ, ਉਹਦੇ ਵਿੱਚ ਮੈਂ ਇੱਕ ਖਾਸ ਕੋਸ਼ਿਸ਼ ਕੀਤੀ ਸੀ ਕਿ ਮੈਂ ਭਗਤ ਸਿੰਘ ਤੇ ਊਧਮ ਸਿੰਘ ਹੋਣਾ ਦਾ ਵੀ ਜ਼ਿਕਰ ਕਰਾਂ, ਤੇ ਮੈਂ ਲਾਈਨਾਂ ਲਿਖੀਆਂ ਸੀ ਕਿ ਜੱਗ ਤੇ ਯੋਧੇ ਨੇ ਬਥੇਰੇ ਪਰ ਸਾਡੇ ਭਗਤ ਸਿੰਘ ਵਰਗੇ ਕਿਹੜੇ, ਕਿਆ ਬਾਤ, ਲਾੜੀ ਮੌਤ ਵਿਆਮ ਨ ਜਾਂਦੇ ਸਿਰ ਤੇ ਬੰਨ ਕੁਰਬਾਨੀ ਸੇਰੇ, ਮੈਸੋ ਪੁਰੀਆ ਲਿਖਦਾ ਸਿਫਤਾ ਬਾਹੋ ਤੇਰੇ ਪੰਜਾਬ ਦੀਆਂ, ਬਿਲਕੁਲ, ਕਿਉਂਕਿ ਉਹਦੀ ਰੀਸਾਂ ਨੀ ਪੰਜਾਬ ਦੀ ਰੀਸਾਂ ਨੀ, ਕਿਉਂਕਿ ਜੋ ਅਮੀਰੀ ਤੋਂ ਜੋ ਸਾਡੇ ਰਿਚਨੈਸ ਸਾਡੇ ਕਲਚਰ ਸੱਭਿਆਚਾਰ ਵਿੱਚ ਆ, ਬਹੁਤ ਕੋਈ ਕੰਟਰੀ ਮੇਰੇ ਖਿਆਲ ਦੁਨੀਆ ਤੇ ਨਹੀਂ ਜਿਹਦੇ ਕੋਲ ਇੰਨੀ ਸਾਰੀ ਅਮੀਰੀ ਹੈਗੀ, ਯਾਨੀ ਕਿ ਸਾਡੀ ਰਿਚਨੈਸ ਇਨ ਆਰ ਕਲਚਰ ਇਨ ਆਰ ਲੈਂਗੁਏਜ ਐਂਡ ਐਵਰੀਥਿੰਗ, ਕੁਰਬਾਨੀ ਹਾਥਾਂ ਪੰਜਾਬੀ ਮੋਰੇ, ਪੰਜਾਬੀ ਮੋਰੇ, ਬਿਲਕੁਲ ਜੀ, ਤੇ ਫਿਰ ਮੈਂ ਸਿਫਤਾਂ ਲਿਖੀਆਂ ਪੰਜਾਬ ਦੀਆਂ। ਔਰ ਦੋਸਤੋ ਆਪਾਂ ਇਹਨਾਂ ਨੂੰ ਪੁੱਛਦੇ ਹਾਂ ਕਿ ਇਹ ਗੀਤ ਗਾਣੇ ਤਾਂ ਸਾਰੇ ਸੋਚ ਲੈਂਦੇ ਇੱਥੇ ਗਾਣ ਨੂੰ, ਲੇਕਿਨ ਇਹਨਾਂ ਦਾ ਸ਼ੌਕ ਲਿਖਣ ਦਾ ਕਿਸ ਤਰ੍ਹਾਂ ਪਿਆ? ਲਿਖਣ ਦਾ ਦੱਸੋ ਜੀ, ਮੈਂ ਜੇ ਸੱਚੀ ਗੱਲ ਦੱਸਾਂ ਕਿ ਕੁਛ ਸਾਲ ਗਾਓ ਦੀ ਗੱਲ ਸੀ ਆਪ ਨੂੰ ਰਿਲੀਜ਼ ਕਰਨ ਤੋਂ ਪਹਿਲਾਂ, ਤੇ ਅਸੀਂ ਗੀਤ ਯਾਨੀ ਕਵਰ ਵੇਸ਼ਨ ਕਰਦੇ ਹੁੰਦੇ ਸੀਗੇ, ਤੇ ਮੈਂ ਆਪਣੇ ਗੀਤ ਲਿਖੇ ਹੋਏ ਹੁੰਦੇ ਸੀ ਮੇਰੇ ਕੋਲ, ਤੇ ਮੈਂ ਆਪਣੇ ਦੋਸਤਾਂ ਨਾਲ ਬੈਠਾ ਸੀ, ਇਸ ਵਕਤ ਮੇਰਾ ਦੋਸਤ ਕੇਸ਼ ਜੋ ਮੈਨੂੰ ਮੈਨੇਜ ਕਰਦਾ, ਮੈਂ ਕਿਹਾ ਅੱਜ ਮੈਂ ਆਪਣਾ ਗੀਤ ਗਾਵਾਂ, ਪਰ ਮੈਨੂੰ ਇਹ ਨਹੀਂ ਪਤਾ ਕਿ ਮੇਰੇ ਗੀਤਾਂ ਨੂੰ ਭਰਪੂਰ ਹੁੰਗਾਰਾ ਮਿਲੂਗਾ ਔਰ ਪਸੰਦ ਆਊਗਾ ਜਾਂ ਨਹੀਂ, ਤੇ ਮੈਂ ਪਹਿਲਾ ਗੀਤ ਜੋ ਗਾਇਆ ਸੀ ਰੰਗਲੇ ਪੰਜਾਬ ਦੇ ਗਾਇਆ ਸੀ, ਤੇ ਉਹਨਾਂ ਨੂੰ ਪਸੰਦ ਬਹੁਤ ਆਇਆ ਕਿ ਯਾਰ ਲਿਰਿਕਸ ਵਿੱਚ ਬਹੁਤ ਸਬਸਟੈਂਸ ਆ, ਡੈਪਥ ਆ, ਤੇ ਸਾਨੂੰ ਬਹੁਤ ਪਸੰਦ ਆ ਕਿ ਆਪਾਂ ਇਸ ਗੀਤ ਦਾ ਰਿਆਜ਼ ਕਰਦੇ, ਇਸ ਗੀਤ ਦੀ ਆਪਾਂ ਸਾਰੀ ਸੈੱਟ ਕਰਦੇ ਹਾਂ, ਤੇ ਫਿਰ ਮੈਨੂੰ ਲੱਗਿਆ ਕਿ ਮੇਰੇ ਗੀਤਾਂ ਨੂੰ ਪਿਆਰ ਕਰਨ ਵਾਲੇ ਸ਼ਾਇਦ
हो सकते बार तो फिर मैं उस तो बाद मैं गीत लिखा सी कि तेरा ठुमका सोने नहीं यारां दी जान कढ़दा ओह यूके 2002 विच रिलीज होया सी तो उनूं भी यानी कि डांस फ्लोर ते बहुत सारा प्यार मिलिया बहुत उस गीत दा जवाब मैं लिखा सी तेरे नां ते सोने में मैं बोलियां सी पाईयां ਜਾਂਦਾ ਤਾਂ ਮੈਨੂੰ ਯਾਦ ਹੈ ਕਿ ਗੁਰਦਾਸ ਮਾਨ ਸਾਹਿਬ ਉਹਨਾਂ ਦੇ ਗੀਤ ਸੀ ਕਿ ਜਦ ਜੋ ਬੰਦੀ ਤੇ ਆਵੇ ਮੁੰਡਾ ਚੋੜੀ ਨਾਲ ਕੁੜੀ ਹੱਸ ਕੇ ਨੀਵੀਆਂ ਪਾਵੇ ਉਹ ਗੀਤ ਬਲਮਾਨ ਕਰੋ ਬਿਲਕੁਲ ਜੀ ਤੇ ਉਸ ਵਾਰ ਜਦ ਮੈਨੂੰ ਯਾਦ ਆਉਂਦਾ ਹੈ ਤੇ ਮੈਨੂੰ ਉਹ ਪੰਜਾਬ ਦਿਸਦਾ ਮਾਨ ਸਾਹਿਬ ਉਹਨਾਂ ਦੇ ਗੀਤਾਂ ਤਾਂ ਫਿਰ ਜਦ ਮੇਰੀ ਯਾਦ ਸੀ ਜਦ ਮੈਂ ਸੁਰਜੀਤ ਬਿੰਦਰ ਖੇ ਭਾਜੀ ਉਹਨਾਂ ਨੂੰ ਮਿਲਿਆ ਸੀਗਾ ਤੇ ਉਹਨਾਂ ਦੇ ਗੀਤਾਂ ਜਦ ਮੈਂ ਸੁਣਦਾ ਸੀ ਉਸ ਵਕਤ ਮੈਨੂੰ ਪੰਜਾਬ ਦੁਆਬਾ ਖਾਸ ਯਾਦ ਆਉਂਦਾ ਸੀਗਾ ਫਿਰ ਮੇਰੀਆਂ ਵੀ ਯਾਦਾਂ ਉਹਨਾਂ ਗੀਤਾਂ ਨਾਲ ਜੁੜੀਆਂ ਆ ਤੇ ਫਿਰ ਮੇਰੇ ਗੀਤਾਂ ਨਾਲ ਜਿਹੜੇ ਸਰੋਤੇ ਮੇਰੇ ਗੀਤਾਂ ਨੂੰ ਪਿਆਰ ਕਰਦੇ ਉਹਨਾਂ ਦੀ ਵੀ ਯਾਦਾਂ ਉਹਨਾਂ ਗੀਤਾਂ ਨਾਲ ਜੁੜੀਆਂ ਆ ਤੇ ਉਹ ਜਿਹੜੇ ਗੀਤ ਇਹ ਗੀਤ ਮੇਰੇ ਨਹੀਂ ਹੁੰਦੇ ਗੀਤ ਉਹਨਾਂ ਦੇ ਆ ਕਿਉਂਕਿ ਉਹਨੇ ਇਹਨੂੰ ਪਿਆਰ ਬਖਸ਼ਿਆ ਇਹਨੇ ਮਾਣ ਬਖਸ਼ਿਆ ਤੇ ਨਹੀਂ ਤਾਂ ਨਾਚੀਜ਼ ਨੂੰ ਕੋਈ ਨਹੀਂ ਪੁੱਛਦਾ ਬਿਲਕੁਲ ਦੋਸਤੋ ਇਹਨਾਂ ਦੀ ਜ਼ਿੰਦਗਾਨੀ ਬਾਰੇ ਇਹਨਾਂ ਦੀ ਕਹਾਣੀ ਬਾਰੇ ਮੈਂ ਤੁਹਾਨੂੰ ਦੱਸਦੀ ਹੁੰਦੀ ਹਾਂ ਕਿ ਸਾਡੇ ਕਲਾਕਾਰ ਦੀ ਕਹਾਣੀ ਉਹਨਾਂ ਦੀ ਹੀ ਜ਼ੁਬਾਨੀ ਮੈਂ ਸੁਣਦੀ ਹਾਂ ਲੇਕਿਨ ਨਾਲ ਨਾਲ ਮੈਂ ਇਹ ਦੱਸਣਾ ਚਾਹਾਂਗੀ ਇਹਨਾਂ ਦੀ ਬ੍ਰੈਂਡ ਨਿਊ ਜੋ ਸੀ ਡੀ ਆਈ ਹੈ ਜਿਸ ਦਾ ਨਾਮ ਹੈ ਫੇਅਰਲੈਸ ਸੋ ਉਸ ਨੂੰ ਵੀ ਨਾਲ ਨਾਲ ਉਸ ਦੀਆਂ ਗੱਲਾਂ ਵੀ ਕਰਾਂਗੇ ਨਾਲ ਨਾਲ ਇਹਨਾਂ ਦੀ ਜ਼ਿੰਦਗਾਨੀ ਦੀਆਂ ਵੀ ਗੱਲਾਂ ਕਰਾਂਗੇ ਸੋ ਫੇਅਰਲੈਸ ਦੇ ਵਿੱਚ ਸੀ ਡੀ ਥੋੜੀ ਰਿਲੀਜ਼ ਹੋ ਚੁੱਕੀ ਹੈ ਹਾਂਜੀ ਬਿਲਕੁਲ ਜੀ ਹੈ ਨਾ ਫੇਅਰਲੈਸ ਦਾ ਅਰਥ ਹੈਗਾ ਕਿ ਬੇਕ ਆਫ ਬੰਦੇ ਦਾ ਨਾ ਮਾਰੇ ਕੋਈ ਮਰਦਾ ਇੱਕ ਰੱਬ ਨਾ ਮਾਰੇ ਸਾਨੂੰ ਇਹ ਮੰਗੀ ਮੈਂ ਲਾਈਨਾਂ ਵਿੱਚ ਲਿਖਿਆ ਆ ਕਿ ਹਕੀਕਤ ਆਪਣਾ ਪੰਜਾਬੀ ਕਹਾਵਤ ਸਹੀ ਗੱਲ ਹੈ ਤੇ ਉਸ ਵਿੱਚ ਗੀਤ ਅਲੱਗ ਅਲੱਗ ਕਿਸਮ ਦੇ ਮਿਊਜ਼ਿਕ ਪਾਇਆ ਵਿੱਚ ਇੱਕ ਮਾਵਾਂ ਦੇ ਵੀ ਗੀਤ ਪਰ ਜੋ ਗੀਤ ਮੈਂ ਲਿਖਿਆ ਜੋ ਡਿਫਰੈਂਟ ਸੋਚ ਆ ਉਹ ਹੈਗਾ ਉਹ ਫੇਅਰਲੈਸ ਗੀਤ ਜਿਹਦੇ ਮੁਖੜਾ ਹੈਗਾ ਕਿ ਅਸੀਂ ਪੰਜ ਦਰਿਆਵਾਂ ਦੇ ਹਾਂ ਪੁੱਤ ਸੁਣਿਆ ਜਿਹੜੇ ਰੋਕਿਆ ਨਹੀਂ ਰੁਕਦੇ ਇਹ ਮੈਂ ਉਸ ਸਬਜੈਕਟ 'ਤੇ ਲਿਖਿਆ ਰੇਸਿਜ਼ਮ ਬਾਰੇ ਜੋ ਸਾਡੇ ਲੋਕਾਂ ਨੇ ਐਕਸਪੀਰੀਅੰਸ ਕੀਤਾ ਕਿਉਂਕਿ ਅਸੀਂ ਜਦ ਗਾਣੇ ਗਾਉਂਦੇ ਹਾਂ ਜਾਂ ਇੱਥੇ ਯੂਕੇ 'ਚ ਰਹਿੰਦੇ ਹਾਂ ਜਿਹੜੇ ਪੰਜਾਬ 'ਚ ਬੈਠੇ ਉਹ ਸੋਚਦੇ ਕਿ ਇਹਨਾਂ ਨੂੰ ਬਹੁਤ ਐਸੀ ਜ਼ਿੰਦਗੀ ਆ ਦਰਖਤਾਂ ਤੋਂ ਜਿੱਦਾਂ ਪੱਤੇ ਤੋੜਦੇ ਆ ਨਾ ਇੱਦਾਂ ਹੀ ਪੈਸੇ ਤੋੜਦੇ ਪੈਸੇ ਤੋੜ ਕੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਸਾਡੇ ਬਜ਼ੁਰਗਾਂ ਨੇ ਕਿੰਨੇ ਔਖੇ ਟਾਈਮ ਦੇਖੇ ਮਿਹਨਤ ਬਿਲਕੁਲ ਕਿਉਂਕਿ ਆਪਾਂ ਨੂੰ ਅਪਣਾਉਂਦੇ ਨੇ ਇਸ ਗੁੜੇ ਕਿ ਸਾਡੇ ਇਹ ਕਿਉਂ ਆਇਆ ਇਹ ਲੋਕ ਇੱਥੇ ਪਰ ਮੈਂ ਇਹ ਇਹ ਵੀ ਗੀਤ ਲਿਖਿਆ ਕਿ ਮੈਂ ਕਿਸੇ ਨੂੰ ਵੰਗਾਰਾਂ ਜਾਂ ਕਿਸੇ ਨੂੰ ਚੱਕਾਂ ਜਾਂ ਢਾਡੀਆਂ ਵਾਂਗਰ ਚੱਕੀਆਂ ਵਾਂ ਲੋਕਾਂ ਕਹਿੰਦੇ ਹਾਂ ਵੀ ਤੁਸੀਂ ਹੋ ਜਾਓ ਤਿਆਰ ਸ਼ੀਰ ਹੋ ਜਾਓ ਪਰ ਮੈਂ ਇਹ ਗੱਲ ਕਹਿੰਦਾ ਕਿ ਇਹ ਔਖੇ ਟਾਈਮ 'ਚ ਦੇਖੀਏ ਕਿ ਇਹਨਾਂ ਔਖੇ ਟਾਈਮ ਤੁਸੀਂ ਸਿੱਖੀ ਕਿ ਕਦੇ ਅਸੀਂ ਨਾ ਉੱਦਾਂ ਦੇ ਬਣੀਏ ਸੱਚੀ ਗੱਲ ਸਾਡਾ ਫਰਜ਼ ਬਣਦਾ ਪੰਜਾਬੀ ਹੁੰਦੇ ਆ ਕਿ ਅਸੀਂ ਹਰ ਇੱਕ ਨੂੰ ਪਿਆਰ ਕਰੀਏ ਪਿਆਰ ਵੰਡੀਏ ਤੇ ਪਿਆਰ ਲਈਏ ਮਾਲਕ ਤੋਂ ਡਰੀਏ ਬਸ ਬਿਲਕੁਲ ਸੋ ਇਹ ਫੇਅਰਲੈਸ ਦੇ ਵਿੱਚ ਕਿੰਨੇ ਗੀਤ ਤੁਸੀਂ ਪਾਏ ਫੇਅਰਲੈਸ ਵਿੱਚ ਹੀ ਹੈਗੇ 10 ਗੀਤ ਅਲੱਗ ਅਲੱਗ ਕਿਸਮ ਦੇ ਗੀਤ ਹੈ ਤੇ ਮੇਰੇ ਵੱਡੇ ਵੀ ਦੋਸਤ ਮਿਸਟਰ ਕੈਮ ਫਰਾਂਟਿਕ ਨੂੰ ਪੰਜਾਂ ਗੀਤਾਂ ਨੂੰ ਆਪਣੇ ਮਿਊਜ਼ਿਕ ਰਾਈਟਿੰਗ ਆ ਰਿਹਾ ਤੇ ਇਹਨਾਂ ਗੀਤਾਂ ਨੂੰ ਪਿਆਰ ਦਿੱਤਾ ਹੈ ਮੇਰੇ ਦੋਸਤ ਕਿਊ ਸੀ ਜੋ ਅਮੈਰੀਕਾ 'ਚ ਇੰਗਲਿਸ਼ ਪ੍ਰੋਡਿਊਸਰ ਹੈ ਅਤੇ ਦੋ ਗੀਤਾਂ ਨੂੰ ਮੈਜਿਕ ਪਾਵਰ ਯੰਗ ਯੂਕੇ ਪ੍ਰੋਡਿਊਸਰ ਆ ਮੈਂ ਕੋਸ਼ਿਸ਼ ਕੀਤੀ ਕਿ ਕੁਛ ਯੂਕੇ ਸਟਾਈਲ ਵੀ ਅਰਬਨ ਮਿਊਜ਼ਿਕ ਹੋਵੇ ਅਤੇ ਕੁਛ ਟ੍ਰੈਡੀਸ਼ਨਲ ਵੀ ਹੋਵੇ ਕਿਉਂਕਿ ਜਿਹੜੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ ਅਤੇ ਗੀਤਾਂ ਨੂੰ ਪਿਆਰ ਕਰਦੇ ਉਹਨਾਂ ਨੂੰ ਪਤਾ ਹੈ ਕਿ ਪੰਜਾਬੀ ਮਿਊਜ਼ਿਕ ਕੀ ਹੈ ਪਰ ਜਿਹੜੀ ਸਾਡੀ ਨਵੀਂ ਪਨੀਰੀ ਹੈ ਦ ਨਿਊ ਜਨਰੇਸ਼ਨ ਉਹਨਾਂ ਤੱਕ ਪਹੁੰਚਣੀ ਜ਼ਰੂਰੀ ਕਿ ਅਸੀਂ ਕਮਰਸ਼ੀਅਲ ਮਿਊਜ਼ਿਕ ਯੂ ਨੋ ਅਪਣਾਈਏ ਥੋੜਾ ਜਿਹਾ ਵਿਦ ਦ ਟਾਈਮ ਵਿਦ ਦ ਟਾਈਮ ਯੂ ਹੈਵ ਟੂ ਚੇਂਜ ਯੂ ਹੈਵ ਟੂ ਚੇਂਜ ਆਫ ਕੋਰਸ ਵਕਤ ਕਿਸੇ ਦਾ ਮੈਂ ਤਾਂ ਕਹਿੰਦਾ ਕਿ ਟਾਈਮ ਐਸੀ ਚੀਜ਼ ਹੈ ਕਿ ਟਾਈਮ ਨੇ ਚੱਲੀ ਜਾਣਾ ਉਹਨੇ ਕਿਸੇ ਦਾ ਇੰਤਜ਼ਾਰ ਨਹੀਂ ਕਰਨਾ ਜੇ ਆਪਾਂ ਟਾਈਮ ਦੇ ਨਾਲ ਨਾਲ ਚੱਲਾਂਗੇ ਨਾ ਇਹ ਜ਼ਿੰਦਗੀ ਬੜੀ ਸੋਹਣੀ ਬੜੀ ਖੂਬਸੂਰਤ ਨਿਕਲੇਗੀ ਬਿਲਕੁਲ ਜੀ ਕਿਉਂਕਿ ਨਾਲੇ ਕਿ ਤੁਸੀਂ ਜਦ ਟਾਈਮ ਨਾਲ ਤੁਰਦੇ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਠੀਕ ਹੈ ਜੋ ਪਾਸਟ ਹੈਗਾ ਉਹ ਉਹ ਸਾਡਾ ਐਕਸਪੀਰੀਅੰਸ ਆ ਜੋ ਤੇ ਜੋ ਅੱਗੇ ਆਉਣਾ ਆ ਉਹ ਸਾਡੇ ਯਾਨੀ ਕਿ ਕਿਸਮਤ ਵੀ ਕੈਨ ਲੁੱਕ ਐਟ ਦ ਫਿਊਚਰ ਐਂਡ ਯੂ ਨੋ ਐਂਡ ਐਕਸੈਪਟ ਐਂਡ ਇੰਬਰੇਸ ਇਟ ਐਂਡ ਬਿਕਮ ਬੈਟਰ ਫੋਰ ਇਟ ਬਿਲਕੁਲ ਬਿਲਕੁਲ ਸੋ ਇਸ ਦੇ ਗੀਤ ਸਾਰੇ ਤੁਸੀਂ ਆਪ ਲਿਖੇ ਮੈਜਿਕ ਪਾਵਰ ਯੰਗ ਯੂਕੇ ਪ੍ਰੋਡਿਊਸਰ ਮੈਂ ਕੋਸ਼ਿਸ਼ ਕੀਤੀ ਕਿ ਕੁਛ
ਯੂਕੇ ਸਟਾਈਲ ਵੀ ਅਰਬਨ ਮਿਊਜ਼ਿਕ ਹੋਵੇ ਤੇ ਕੁਝ ਟ੍ਰੈਡੀਸ਼ਨਲ ਵੀ ਹੋਵੇ ਕਿਉਂਕਿ ਜਿਹੜੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ ਤੇ ਗੀਤਾਂ ਨੂੰ ਪਿਆਰ ਕਰਦੇ ਉਹਨਾਂ ਨੂੰ ਪਤਾ ਹੈ ਕਿ ਪੰਜਾਬੀ ਮਿਊਜ਼ਿਕ ਕੀ ਹੈ ਪਰ ਜਿਹੜੀ ਸਾਡੀ ਨਵੀਂ ਪਨੀਰੀ ਹੈ ਦ ਨਿਊ ਜਨਰੇਸ਼ਨ ਉਹਨਾਂ ਤੱਕ ਪਹੁੰਚਣੀ ਜ਼ਰੂਰੀ ਕਿ ਅਸੀਂ ਕਮਰਸ਼ੀਅਲ ਮਿਊਜ਼ਿਕ ਯੂ ਨੋ ਅਪਣਾਈਏ ਥੋੜਾ ਜਿਹਾ ਬਿਲਕੁਲ ਵਿਦ ਦ ਟਾਈਮ ਵਿਦ ਦ ਟਾਈਮ ਯੂ ਹੈਵ ਟੂ ਚੇਂਜ ਯੂ ਹੈਵ ਟੂ ਚੇਂਜ ਆਫ ਕੋਰਸ ਬਾਤ ਕਿਸੇ ਦੇ ਮੈਂ ਤਾਂ ਕਹਿੰਦਾ ਕਿ ਟਾਈਮ ਐਸੀ ਚੀਜ਼ ਹੈ ਕਿ ਟਾਈਮ ਨੇ ਚੱਲੀ ਜਾਣਾ ਉਹਨੇ ਕਿਸੇ ਦਾ ਇੰਤਜ਼ਾਰ ਨਹੀਂ ਕਰਨਾ ਜੇ ਆਪਾਂ ਟਾਈਮ ਦੇ ਨਾਲ ਨਾਲ ਚੱਲਾਂਗੇ ਨਾ ਇਹ ਜ਼ਿੰਦਗੀ ਬੜੀ ਸੋਹਣੀ ਬੜੀ ਖੂਬਸੂਰਤ ਨਿਕਲੇਗੀ ਬਿਲਕੁਲ ਜੀ ਕਿਉਂਕਿ ਨਾਲੇ ਕਿ ਤੁਸੀਂ ਜਦ ਟਾਈਮ ਨਾਲ ਤੁਰਦੇ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਠੀਕ ਹੈ ਜੋ ਪਾਸਟ ਹੈਗਾ ਉਹ ਸਾਡਾ ਐਕਸਪੀਰੀਅੰਸ ਆ ਜੋ ਤੇ ਜੋ ਅੱਗੇ ਆਉਣਾ ਹੈ ਉਹ ਸਾਡੇ ਯਾਨੀ ਕਿ ਕਿਸਮਤ ਵੀ ਕੈਨ ਲੁੱਕ ਐਟ ਦ ਫਿਊਚਰ ਐਂਡ ਯੂ ਨੋ ਐਂਡ ਐਕਸੈਪਟ ਐਂਡ ਇੰਬਰੇਸ ਇਟ ਐਂਡ ਬਿਕਮ ਬੈਟਰ ਫੋਰ ਇਟ ਬਿਲਕੁਲ ਬਿਲਕੁਲ ਸੋ ਇਸ ਦੇ ਗੀਤ ਸਾਰੇ ਤੁਸੀਂ ਆਪ ਲਿਖੇ ਹਾਂਜੀ ਇਹ ਮੇਰੇ ਸਾਰੇ ਆਪਣੇ ਲਿਖੇ ਦਸੇ ਗੀਤ ਦਸੇ ਗੀਤ ਬਿਲਕੁਲ ਜੀ ਇਸ ਆਲਬਮ ਲਈ ਮੈਂ ਯਾਨੀ ਕਿ 43 ਗੀਤ ਲਿਖੇ ਸੀਗੇ ਓ ਡੀਅਰ ਤੇ ਯੋਰਸੈਲਫ ਹਾਂਜੀ ਤੇ ਆਲ ਦ ਟਾਈਮ ਇਜ਼ ਇਟ ਫੁੱਲ ਟਾਈਮ ਜੌਬ ਇਟ ਇਜ਼ ਅ ਫੁੱਲ ਟਾਈਮ ਆਕਿਪੇਸ਼ਨ ਬਟ I write a lot of songs and you can't yani har geet apa leke nahi keh sakte ki ha ve aa geet this is good yeah kai var geet lukhe hunde ja ohna ch kuch eh ji cheez hunde jo thonu lagda yaar gal nahi bani ede vich ja tusi tar taiyar karde yaar gal tarj vich nahi bani par kuch eh ji geet taiyar hoye ne jive ki assi jad album taiyar kar rahe si main bahut sare geet likhe jene main pehlo soche ki eh album ch pakke jaoge par maag di marzi nahi si bilkul te fir jida london geet jada video taiyar hoya ਉਹ ਵੀ ਯਾਨੀ ਕਿ ਐਸੇ ਸਾਲ ਤਿਆਰ ਹੋਇਆ ਗੀਤ ਯਾਨੀ ਕਿ ਮੈਨੂੰ ਜਦ ਅਸੀਂ ਤਿਆਰ ਕਰਦੇ ਇਸ ਗੀਤ ਮੈਨੂੰ ਲੱਗਿਆ ਕਿ ਆਹ ਗੀਤ ਯਾਰ ਆਵਨ ਜਾਣਾ ਚਾਹੀਦਾ ਫਿਰ ਜਿਸ ਵਕਤ ਕੈਂਫਰੰਟਿਕ ਨੇ ਮਿਊਜ਼ਿਕ ਦਿੱਤਾ ਤੇ ਉਹਨੇ ਕਿਹਾ ਕਿ ਭਾਜੀ ਆਪਾਂ ਆਹ ਇਸ ਗੀਤ ਨੂੰ ਯਾਨੀ ਕਿ ਮੇਨ ਟ੍ਰਾਂਸ ਲੋ ਦੋਸਤੋ ਇਹਨਾਂ ਦੀ ਫੇਅਰਲੈਸ ਦੀ ਗੱਲ ਵੀ ਆਪਾਂ ਜਾਰੀ ਰੱਖਾਂਗੇ ਕਿਉਂਕਿ ਛੋਟੀ ਜੀ ਬ੍ਰੇਕ ਵੱਲ ਜਾਣਾ ਪਏਗਾ ਸੋ ਜੋ ਪਹਿਲਾ ਗਾਣਾ ਹੈ ਨਾ ਉਹ ਲੰਡਨ ਦੇ ਬਾਰੇ ਕੁਝ ਕਹਿੰਦੇ ਲੰਡਨੋਂ ਆ ਕੇ ਦੇਖ ਜਾਂ ਕਿੱਥੇ ਦੇਖ ਪਟੋਲਾ ਨਹੀਂ ਦੇਖ ਲੇਕਿਨ ਗੀਤ ਬਾਰੇ ਦੇਖ ਇਹ ਅਸੀਂ ਇਹਨਾਂ ਨੂੰ ਪੁੱਛਾਂਗੇ ਇਸ ਬ੍ਰੇਕ ਤੋਂ ਬਾਅਦ ਸਟੇ ਟਿਊਨ ਵੀ ਵਿਲ ਬੀ ਬੈਕ ਸੂਨ Tamarin Leaf Restaurant Bar and Grill, Audley, Leicester. Delicious contemporary authentic cuisine, Punjabi, Indo-Chinese and South Indian. We also specialize in outdoor catering. Tamarin Leaf Restaurant Bar and Grill, your one stop for Asian weddings, parties and corporate events. Tamarin Leaf Restaurant Bar and Grill, 47 London Road, Audley. Call Leicester 0116 271 7109.